ਤਨ ਤਨ ਬਾਬਾ ਦੀਪ ਸਿੰਘ ਅੰਮ੍ਰਿਤ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਫਤਿਹਗੜ੍ਹ ਚੂੜੀਆਂ ਦੇ ਗੁਰਦੁਆਰਾ ਕਲਗੀਧਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਸ਼ਾਹ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਸ਼ਹਿਰ ਦੀਆਂ ਪਰਿਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਕਲਗੀਧਰ ਗੁਰਦੁਆਰਾ ਤੋਂ ਸ਼ੁਰੂ ਹੋਏ ਨਗਰ ਕੀਰਤਨ ਦਾ ਥਾਂ ਥਾਂ 'ਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਵੱਖ ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ। ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦਿਖਾਈ ਦਿੱਤਾ ਅਤੇ ਸੰਗਤਾਂ ਵੱਲੋਂ ਇਸ ਮੌਕੇ ਗੁਰਬਾਣੀ ਦਾ ਗੁਣਗਾਨ ਕੀਤਾ ਜਾ ਰਿਹਾ ਸੀ। ਵਿਖਾਉਂਦੇ ਹਾਂ ਤੁਹਾਨੂੰ ਵਿਸ਼ੇਸ਼ ਰਿਪੋਰਟ। ਤੁਸੀਂ ਦੇਖ ਰਹੇ ਹੋ ਈ ਪੰਜਾਬ ਟੀਵੀ। ਅੱਜ ਫਤਿਹਗੜ੍ਹ ਚੂੜੀਆਂ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਸ਼ਾਹ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਫਤਿਹਗੜ੍ਹ ਚੂੜੀਆਂ 'ਚ ਨਗਰ ਕੀਰਤਨ ਸਜਾਇਆ ਗਿਆ। ਸਾਡੇ ਨਾਲ ਗ੍ਰੰਥੀ ਸਿੰਘ ਨੇ ਮੌਜੂਦ ਗੱਲਬਾਤ ਕਰਦੇ ਹਾਂ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਗੁਰਪੁਰਬ ਨੂੰ ਸਮਰਪਿਤ ਅੱਜ ਜਿਹੜਾ ਨਗਰ ਕੀਰਤਨ ਸਜਾਇਆ ਗਿਆ, ਕਿਸ ਤਰ੍ਹਾਂ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ ਆਰੰਭ ਹੋਇਆ ਜੀ। ਸਾਰੇ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਹੁਣ ਬਾਠ ਮਾਰਕੀਟ ਵਿਖੇ ਪਹੁੰਚੇ ਨੇ। ਸਮੂਹ ਸੰਗਤਾਂ ਹਰ ਜਸ ਗਾਇਨ ਕਰਦੇ ਹੋਏ ਪਹੁੰਚ ਰਹੀਆਂ ਨੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਜੋ ਵੀ ਆਪਣੇ ਜੀਵਨ ਵਿੱਚ ਪਰਉਪਕਾਰ ਕੀਤੇ ਨੇ, ਜੋ ਵੀ ਉਹਨਾਂ ਨੇ ਮਹਾਨ ਕਾਰਜ ਕੀਤੇ ਨੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਾਰ ਪਾਵਨ ਸਰੂਪ ਨੇ ਆਪ ਹੱਥੀਂ ਲਿਖੇ ਨੇ ਦਮਦਮਾ ਸਾਹਿਬ ਜੀ ਦੀ ਪਾਵਨ ਧਰਤੀ ਤੇ। ਹੋਰ ਉਹਨਾਂ ਨੇ ਬੇਅੰਤ ਪਰਉਪਕਾਰ ਕੀਤੇ ਨੇ, ਜਿਨ੍ਹਾਂ ਚੱਪੜਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਉਹਨਾਂ ਨੇ ਜੰਗ ਵੀ ਲੜੀ, ਜਿੱਥੋਂ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਵੀ ਦਿੱਤਾ ਗਿਆ। ਸੋ ਉਹਨਾਂ ਦੇ ਪਰਉਪਕਾਰਾਂ ਨੂੰ, ਉਹਨਾਂ ਦੀ ਮਹਾਨ ਕੁਰਬਾਨੀ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਇਸੇ ਮਹਾਨ ਕੁਰਬਾਨੀ ਨੂੰ, ਪਰਉਪਕਾਰਾਂ ਨੂੰ ਯਾਦ ਕਰਦੇ ਹੋਏ ਮਹਾਨ ਨਗਰ ਕੀਰਤਨ ਆਰੰਭ ਹੋਇਆ, ਜੋ ਇਸ ਵੇਲੇ ਬਾਠ ਮਾਰਕੀਟ ਵਿਖੇ ਪਹੁੰਚਿਆ ਹੈ। ਇਹਨਾਂ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਗਰ ਕੀਰਤਨ ਨੂੰ ਜੀਆਂ ਆਇਆ ਆਖਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ 'ਚ ਭਾਰੀ ਉਤਸ਼ਾਹ ਜੀ ਨਗਰ ਕੀਰਤਨ ਨੂੰ ਲੈ ਕੇ। ਬਹੁਤ ਬਹੁਤ ਭਾਰੀ ਉਤਸ਼ਾਹ ਜੀ ਸੰਗਤਾਂ ਦੇ ਵਿੱਚ, ਚਾਅ ਚੜਿਆ ਜੀ, ਸਾਰੀ ਸੰਗਤ ਅੱਗੋਂ ਵੱਡੀ ਹੋ ਕੇ ਜੀਆਂ ਆਖਣ ਦੀ। ਅੱਜ ਚਾਰ 'ਚ ਫੇਰੇ ਰੌਣਕਾਂ, ਕਿੱਡੀ ਸੋਹਣੀ ਸ਼ਾਨ ਜੀ। ਸਰਬੱਤ ਸ਼ਹਿਰ ਦੀਆਂ ਸੰਗਤਾਂ ਜੋ ਸੇਵਾ ਕਰਨ ਮਹਾਨ ਜੀ, ਜਿਹੜੇ ਮਨ ਨੂੰ ਨੀਵਾਂ ਰੱਖਦੇ ਰੱਬ ਕਦੇ ਨਾ ਹੁੰਦਾ ਦੂਰ ਜੀ। ਅੱਜ ਆਓ ਖਾਂ ਸਾਰੇ ਚੱਲੀਏ, ਮੱਥਾ ਟੇਕ ਕੇ ਆਈਏ ਜ਼ਰੂਰ ਜੀ। ਸਭ ਕੁਝ ਸੰਗਤ ਪੰਗਤ ਚੋਂ ਲੱਭਦਾ। ਸਾਡੇ ਵੱਲੋਂ ਬਾਠ ਸਾਹਿਬ ਦੀ ਮਾਰਕੀਟ ਨੂੰ ਬੜੀ ਬੜੀ ਵਧਾਈ, ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਜ਼ਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੰਜੇਦਾਰ ਜੀ, ਅੱਜ ਸੰਤਾਂ 'ਚ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਜੋ ਨਗਰ ਕੀਰਤਨ ਸਜਾਇਆ ਗਿਆ, ਕਾਫੀ ਉਤਸ਼ਾਹ ਆ, ਤੇ ਕੀ ਸੰਗਤਾਂ ਨੂੰ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੇ ਇਹ ਪ੍ਰੋਗਰਾਮ ਜਿਹੜਾ ਚਾਰ ਸਾਲ ਚੌਥਾ ਪ੍ਰੋਗਰਾਮ ਕਰ ਰਹੇ ਹਾਂ, ਤੇ ਬੜਾ ਉਤਸ਼ਾਹ ਹੈ ਸੰਗਤਾਂ ਵਿੱਚ, ਬਹੁਤ ਉਤਸ਼ਾਹ ਸੀ ਬਾਬਾ ਦੀਪ ਸਿੰਘ ਦੇ ਜਨਮਦਿਨ ਦੀ। ਲੱਖ ਲੱਖ ਵਧਾਈ ਦਿੰਦੇ ਹਾਂ, ਨਾਲੇ ਸੰਗਤ ਨੂੰ ਸਾਰੀ ਨੂੰ ਜੀਆਂ ਆਖਦੇ ਹਾਂ, ਤੇ ਅਗਲੇ ਸਾਲ ਫਿਰ ਇਹ ਤੋਂ ਵੱਧ ਤੋਂ ਵੱਧ ਇਸੇ ਤਰ੍ਹਾਂ ਹੀ ਨਗਰ ਕੀਰਤਨ ਮਨਾਉਂਦੇ ਰਹੀਏ, ਗੁਰਪੁਰਬ ਮਨਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੇ ਸਾਧ ਸੰਗਤ ਜੀਓ, ਇਹ ਗੁਰਦੁਆਰਾ ਕਲਗੀਧਰ ਸਿੰਘ ਸਭਾ ਤੋਂ ਸਮੂਹ ਸਾਧ ਸੰਗਤ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਹਰ ਸਾਲ ਸਜਾਇਆ ਜਾਂਦਾ ਹੈ, ਤੇ ਇਸ ਵਿੱਚ ਹੁੰਮ ਹਮਾ ਕੇ ਸੰਗਤਾਂ, ਗੁਰੂ ਘਰ ਦੀਆਂ ਸੰਗਤਾਂ ਤੇ ਹੋਰ ਬਾਹਰੋਂ ਸੰਗਤਾਂ ਆਣ ਕੇ ਤੇ ਗੁਰੂ ਜਸ ਹਰੀ ਕੀਰਤਨ ਕਰਦੀਆਂ ਹਨ, ਅਤੇ ਸ਼ਹਿਰ ਵਾਸੀਆਂ ਵੱਲੋਂ ਬਹੁਤ ਹੀ ਪ੍ਰੇਮ ਪਿਆਰ ਅਤੇ ਸਤਿਕਾਰ ਦੇ ਨਾਲ ਸੰਗਤਾਂ ਦੀ ਸੇਵਾ ਕਰਕੇ ਤੇ ਸੰਗਤਾਂ ਨੂੰ ਜੀ ਆਇਆਂ ਕਹਿ ਕੇ ਤੇ ਬਹੁਤ ਹੀ ਧੰਨਵਾਦ ਕਰਦੀਆਂ ਹਨ, ਤੇ ਸੰਗਤਾਂ ਬਹੁਤ ਖੁਸ਼ ਹੁੰਦੀਆਂ ਹਨ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਇਸੇ ਤਰ੍ਹਾਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਤੇ ਹਰ ਸਾਲ ਪ੍ਰਬੰਧਕ ਵੀਰ ਅਤੇ ਸਭ ਸਮੂਹ ਸੰਗਤਾਂ ਇਸ ਵਿੱਚ ਸ਼ਾਮਿਲ ਹੋ ਕੇ ਹਰ ਤਰ੍ਹਾਂ ਵਾਹਿਗੁਰੂ ਦਾ ਹਰੀ ਜਸ ਕੀਰਤਨ ਕਰਦੀਆਂ ਹਨ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ ਹੈ, ਜਿਸ ਦਾ ਸ਼ਹਿਰ ਨਿਵਾਸੀਆਂ ਨੇ ਪੂਰੇ ਤਹਿ ਦਿਲੋਂ ਸਤਿਕਾਰ ਸਹਿਤ ਇਸ ਦਾ ਸਵਾਗਤ ਕੀਤਾ ਹੈ। ਹਰੇਕ ਵਰਗ ਨੇ, ਹਰੇਕ ਹੀ ਧਰਮ ਨੇ ਇਸ ਦਾ ਬਹੁਤ ਮਾਨਤਾ ਨਾਲ ਆਪਣਾ ਸਵਾਗਤ ਕੀਤਾ ਹੈ। ਅਸੀਂ ਸਰਬੱਤ ਸੰਗਤਾਂ ਦੇ ਬਹੁਤ ਹੀ ਯਾਨੀ ਕਿ ਧੰਨਵਾਦ ਕਰਦੇ ਹਾਂ,
जिन्हां ने इस नगर कीर्तन में शामिल होके इसकी शोभा बधाई। वाहेगुरु जी का खालसा वाहेगुरु जी का खालसा वाहेगुरु जी की फतेह। बाबा दीप सिंह का जन्म दिन आ, उहदे विच संगतां बहुत आईयां ने, बड़ियां रौनकां लगियां ने, बड़ा उत्साह आ उन्हां नूं, बहुत बहुत वधाइयां होण तुहानूं वी वाहेगुरु सच्चे पातशाह। बहुत प्यार मुहब्बत दे नाल संगत जिहड़ी इकट्ठी हो के जा रही आ, लंगर भी लगे ने, लंगर भी छकदे ने गे, बड़ियां खुशियां मिलियां ने गियां। वाहेगुरु जी का खालसा वाहेगुरु जी का खालसा वाहेगुरु जी की फतेह। बाबा दीप सिंह दे जन्म दिहाड़े दियां सब नूं बहुत बहुत वधाइयां होण। सारी संगत च बहुत ज्यादा उत्साह है जी। ऐसन जी ग्रंथी सिंह ते सेवादार जो कि अज नगर कीर्तन दे नाल चल रहे ने, जिन्हां दा कहना है कि नगर कीर्तन नूं लै के संगतां विच काफी उत्साह ते जोश है ते थां थां ते संगतां वल्लों नगर कीर्तन लई लंगर लगाए गए ने अते उन्हां दा स्वागत कीता जा रहा। मेरे नाल तुसीं पंजाबी टीवी धर्मिंदर सिंह बार फतेहगढ़ चूड़ियां।